कारण तेरी सेवक मांग तेरे दर्शन को बलिहारा दर्शन को बलिहारा तेरी सेवा तेरी सेवा शरदा लाए तेरी सेवा Yeah.
सिमर सिमर नाम जीवा तन मन होए निहाला चरण कमल तेरे तोय तोय पीवा मेरे सतगुरु दीन दयाला चरण कमल सतगुरु दीन दयाला सतगुरु दीन दयाला तेरी सेवा तेरी सेवा तेरी सेवा तेरी सेवा जिसको आप कराए सुहावी चित तुम्हारे द्वारे आया कुर्बान 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 जाई उस वेला सतगुर पूरा पाया नानक को नानक को प्रभु पे कृपाला सतगुर पूरा पाया सेवा
ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਉਹ ਦਾਤਾ ਜੇ ਤੋਂ ਸੇਵਾ ਕਰਾ ਲਵੇ, ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਸੇਵਾ ਕਰ ਰਿਹਾ। ਜੇ ਤੋਂ ਉਹਨੇ ਸੇਵਾ ਕਰਾਉਣੀ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿੱਤ ਲਾਏ। ਇਹ ਸੇਵਾ ਸਫਲ ਹੈ ਜਿਹੜਾ ਮਨ ਲਾ ਕੇ ਸੇਵਾ ਦੀ ਗੱਲ ਆਪਾਂ ਕਰ ਰਹੇ ਹਾਂ। ਹੁਣ ਇੱਕ ਹੋਰ ਸੇਵਾ ਦੀ ਲੋੜ ਪੈ ਗਈ। ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਬੀਬੀਆਂ ਦੇ ਚਰਨਾਂ ਵਿੱਚ ਕਿ ਪ੍ਰਸ਼ਾਦੇ ਪਕਾਉਣ ਦੀ ਸੇਵਾ। ਕੁਝ ਬੀਬੀਆਂ ਸਾਡੀਆਂ ਭੈਣਾਂ ਜਾ ਕੇ ਉਹ ਪ੍ਰਸ਼ਾਦੇ ਪਕਾਉਣ ਦੀ ਵੀ ਸੇਵਾ ਹੁਣ ਕਰ ਲੈਣ। ਇਹ ਲਾਹਾ ਕਿਉਂਕਿ ਭਾਗਾਂ ਨਾਲ ਹੀ ਮਿਲਦਾ, ਕਿਉਂਕਿ ਇਹ ਵੱਡਿਆ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਸੇਵਾ ਕਰਨੀ। ਗੱਲ ਸੇਵਾ ਦੀ ਚੱਲ ਰਹੀ ਹੈ ਨਾ, ਅਤੇ ਸੰਗਤਾਂ ਬਹੁਤ ਪਹੁੰਚ ਰਹੀਆਂ ਨੇ, ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ। ਬੇਨਤੀ ਕਰ ਰਿਹਾ ਸੀ ਸੇਵਾ। ਹੁਣ ਸਤਿਗੁਰੂ ਨੇ ਸੇਵਾ ਝੋੜੀ 'ਚ ਪਾਈ, ਏਕ ਸਕੇ ਹਮ ਬਾਰਕ ਅਤੇ ਮਾਧੋ ਮਿਊਜ਼ਿਕ ਦੇ ਇਹਨਾਂ ਪ੍ਰਬੰਧਕਾਂ ਦੀ ਝੋੜੀ 'ਚ ਸੇਵਾ ਪਈ। ਅਤੇ ਇੱਥੋਂ ਦੀਆਂ ਟੋਰਾਂਟੋ ਦੀਆਂ ਸਾਰੀਆਂ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਹੋ ਰਹੀ ਹੈ। ਸੇਵਾ ਕੀਤੀ ਇੱਕ ਸਕੇ ਹੰਬਾਰਕ ਸਾਡੇ ਸਤਿਕਾਰਯੋਗ ਵੀਰ ਸਰਦਾਰ ਦਲਵਿੰਦਰ ਸਿੰਘ ਜੀ ਤਨਾਂ ਦੇ ਸਾਰੇ ਸਹਿਯੋਗੀ, ਔਰ ਸੰਗਤਾਂ ਨੂੰ ਆਵਾਜ਼ ਮਾਰੀ ਕਿ ਆਓ ਆਪਾਂ ਇੱਕ ਨਿਸ਼ਾਨ ਥੱਲੇ ਇਕੱਤਰ ਹੋ ਕੇ ਧੜਿਆਂ ਨੂੰ ਇੱਕ ਪਾਸੇ ਰੱਖ ਕੇ ਆਪੋ ਆਪਣੀ ਜਥੇਬੰਦੀਆਂ ਨੂੰ ਇੱਕ ਸਾਈਡ 'ਤੇ ਕਰਕੇ ਆਪਾਂ ਇੱਕ ਝੰਡੇ ਥੱਲੇ ਗੁਰੂ ਦੀ ਗੋਦ ਵਿੱਚ, ਗੁਰੂ ਨਾਨਕ ਦੀ ਗੋਦ ਵਿੱਚ ਬਹਿ ਕੇ ਆਨੰਦ ਮਾਣਨਾ। ਅਤੇ ਸੱਚ ਜਾਣਿਓ ਕਿ 12 ਤਰੀਕ ਤੋਂ ਤਾਂਤਾ ਲੱਗਾ ਪਿਆ ਸੰਗਤ ਦਾ। ਮੈਂ ਅੱਜ ਗੱਲ ਕਰ ਰਿਹਾ ਸੀ ਪਰਿਵਾਰਾਂ ਦੇ ਨਾਲ ਕਿ ਅਸੀਂ ਇੰਡੀਆ ਵਿੱਚ ਸੁਣਦੇ ਹੁੰਦੇ ਹਾਂ ਕਿ ਬਾਹਰ ਲੋਕਾਂ ਕੋਲ ਟਾਈਮ ਨਹੀਂ ਹੈ, ਕੰਮ ਕਾਰ 'ਚ ਇੰਨੇ ਬਿਜ਼ੀ ਹੁੰਦੇ ਨੇ ਕਿ ਟਾਈਮ ਨਹੀਂ ਹੈਗਾ ਬਾਹਰ ਕਿਸੇ ਕੋਲ। ਪਰ ਅਸੀਂ ਹੈਰਾਨ ਹਾਂ ਕਿ ਤੁਸੀਂ ਇੰਨਾ ਟਾਈਮ ਗੁਰੂ ਵਾਸਤੇ ਕੱਢ ਰਹੇ ਹੋ, ਗੁਰੂ ਵਾਸਤੇ। ਸਾਡੇ ਸਾਹਮਣੇ ਬੱਚੇ ਬੈਠੇ ਨੇ, ਸਾਡੇ ਨੌਜਵਾਨ ਨੇ, ਇੱਕ ਇੱਕ ਮਹੀਨਾ। ਕੱਲ੍ਹ ਮੈਂ ਸਿੱਖ ਚੈਨਲ 'ਤੇ ਵੀ ਦੱਸਿਆ ਸੀ ਕਿ ਇੱਕ ਇੱਕ ਮਹੀਨੇ ਦੀਆਂ ਛੁੱਟੀਆਂ ਲੈ ਕੇ ਇਹ ਨਾਲ ਨਾਲ ਚੱਲ ਰਹੇ ਨੇ। ਇੱਕ ਇੱਕ ਮਹੀਨੇ ਦੀ ਛੁੱਟੀ ਟਰੱਕ ਚਲਾਉਂਦੇ ਨੇ, ਭਾਵੇਂ ਪਹਿਲਾਂ ਕੀਰਤਨ ਕਰਦੇ ਸੀ, ਆਪਣਾ ਕੰਮ ਕਾਰ ਕਰਦੇ ਨੇ ਕਈ ਸਾਡੇ ਨੌਜਵਾਨ। ਅਤੇ ਮੈਂ ਅੱਜ ਪਰਿਵਾਰ ਵਿੱਚ ਬਹਿ ਕੇ ਇਹ ਵੀ ਬੇਨਤੀ ਕਰ ਰਿਹਾ ਸੀ ਕਿ ਕਾਫਲਾ ਵੱਡਾ ਹੁੰਦਾ ਜਾ ਰਿਹਾ, ਅਤੇ ਮੈਂ ਚਾਹੁੰਦਾ ਕਿ ਸੰਗਤ ਵਿੱਚ ਜਿਹੜੇ ਇਹ ਕਾਫਲੇ ਦੇ ਨਾਲ ਜੁੜਨਾ ਚਾਹੁੰਦੇ ਨੇ, ਆਪਣੀ ਸੇਵਾ ਜਿਸ ਤੋਂ ਆਪ ਕਰਾਏ। ਉਹ ਦਾਤਾ ਆਪੇ ਹੀ ਸੇਵਾ ਲੈਂਦਾ, ਕੋਸ਼ਿਸ਼ ਆਪਾਂ ਜ਼ਰੂਰ ਕਰਨੀ ਹੈ। ਆਓ, ਮੈਨੂੰ ਹੁਕਮ ਹੋਇਆ, ਕਿਉਂਕਿ ਮੇਰਾ ਸਮਾਂ 5 ਮਿੰਟ ਬਾਕੀ ਹੈ, ਮੈਂ 5 ਮਿੰਟਾਂ ਵਿੱਚ ਹੀ ਸ਼ਬਦਾਂ ਨੂੰ ਸੁਣਾਉਣਾ। ਧੰਨ ਸੋ ਵੇਲਾ ਚਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਦਾਸਰੇ ਹਾਜ਼ਰੀ ਭਰਦੇ ਨੇ, ਅਤੇ ਉਦੋਂ ਫਿਰ ਇਹ ਸ਼ਬਦ ਕਈ ਵਾਰ ਅਸੀਂ ਪੜ੍ਹਦੇ ਹੁੰਦੇ ਹਾਂ। ਅਤੇ ਬਹੁਤ ਸੰਗਤਾਂ ਦੀ ਇੱਛਾ ਸੀ ਭਾਈ ਸਾਹਿਬ ਕਿ ਉਹ ਨਜ਼ਾਰਾ ਬਣ ਜਾਏ, ਉਹ ਸ਼ਬਦ ਜ਼ਰੂਰ ਸੁਣਾਇਓ। ਆਓ ਜੀ, ਆਪਾਂ ਇਕਾਗਰ ਚਿੱਤ ਹੋ ਕੇ ਉਸ ਆਨੰਦ ਵਿੱਚ ਪਹੁੰਚਣਾ। ਸਾਰਿਆਂ ਨੇ ਮਿੰਟ ਥੋੜ੍ਹੇ ਨੇ, ਅਤੇ ਆਪਾਂ ਆਨੰਦ ਜ਼ਿਆਦਾ ਲੈਣਾ ਹੈ। ਆਓ ਬੜੇ ਪਿਆਰ ਨਾਲ, ਕਿਉਂਕਿ ਮੈਂ ਪਿੱਛੇ ਵੀ ਡਿਕਸੀ ਗੁਰੂ ਘਰ ਬੇਨਤੀ ਕੀਤੀ ਕਿ ਮੇਰੇ
ਦੋਨੋਂ ਸਾਥੀਆਂ ਦੇ ਵੀਜ਼ੇ ਨਹੀਂ ਲੱਗੇ, ਪਾਸਪੋਰਟ ਦਿੱਲੀ ਅੰਬੈਸੀ 'ਚ ਪਏ ਨੇ, ਅਤੇ ਮੈਨੂੰ ਸਾਡੇ ਵੀਰ ਇਹ ਸਿੰਗਾਪੁਰ ਗਏ ਹੋਏ ਸੀ, ਵਟਸਐਪ 'ਤੇ ਇਹਨਾਂ ਨੇ ਮੈਸੇਜ ਕੀਤਾ ਭਾਈ ਸਾਹਿਬ ਕਿ ਦਲਵਿੰਦਰ ਸਿੰਘ ਜੀ ਕਹਿ ਰਹੇ ਨੇ ਤੁਸੀਂ ਇਕੱਲੇ ਹੀ ਆ ਜਾਓ, ਜੇ ਸਾਥੀਆਂ ਦੇ ਵੀਜ਼ੇ ਨਹੀਂ ਹੈਗੇ ਨਾ ਤੁਸੀਂ ਇਕੱਲੇ ਹੀ ਆ ਜਾਓ। ਮੈਂ ਕਿਹਾ ਕਿੱਦਾਂ ਹੋਊਗਾ, ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਇਕੱਲੇ ਆ ਜਾਓ ਅਸੀਂ ਇੱਥੋਂ ਸਿੰਘ ਦੇ ਦਿਆਂਗੇ। ਅਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਮੈਂ ਇਕੱਲਾ ਨਹੀਂ, ਤੁਸੀਂ ਸਾਰੇ ਮੇਰੇ ਨਾਲ ਹੋ, ਇਹ ਸਾਰੇ ਮੇਰੇ ਵੀਰ ਨਾਲ ਜੁੜ ਕੇ ਕੀਰਤਨ ਕਰ ਰਹੇ ਨੇ, ਤੁਹਾਡਾ ਪਿਆਰ ਹੈ ਨਾ। ਅਤੇ ਸਤਿਗੁਰੂ ਕਿਰਪਾ ਕਰੇ ਕਿ ਮੈਨੂੰ 3-4 ਦਿਨਾਂ ਵਿੱਚ ਕਹਿੰਦੇ ਵੀ ਤੁਸੀਂ ਆ ਜਾਓ, ਬਸ ਪਰਸੋਂ ਫਲਾਈਟ ਫੜੋ। ਛੇਤੀ ਛੇਤੀ ਮੈਨੂੰ ਇੱਦਾਂ ਦੌੜ ਦੌੜ ਕੇ ਮੈਂ ਆਇਆ, ਕਿਉਂਕਿ ਸੇਵਾ ਦੀ ਗੱਲ ਹੈ ਨਾ, ਇਹ ਮੇਰੇ ਤੋਂ ਦਾਦਾ ਜੀ ਨੇ ਸੇਵਾ ਲੈਣੀ ਸੀ, ਤੁਹਾਡੇ ਦਰਸ਼ਨ ਹੋਣੇ ਸੀ ਅਤੇ ਪ੍ਰੋਗਰਾਮ ਮੇਰਾ ਹੋਰ ਕਿਤੇ ਦਾ ਸੀ, ਪਰ ਇਹ ਸੇਵਾ ਸਤਿਗੁਰੂ ਨੇ ਲੈਣੀ ਸੀ ਅਤੇ ਇਹਨਾਂ ਨੇ ਹੁਕਮ ਕੀਤਾ ਮੇਰੇ ਵੀਰਾਂ ਨੇ ਦਲਵਿੰਦਰ ਸਿੰਘ ਨੇ ਤੁਸੀਂ ਇਕੱਲੇ ਆ ਜਾਓ, ਕੋਈ ਗੱਲ ਨਹੀਂ। ਮੈਂ ਇੱਕ ਸਿੰਘ ਅੰਮ੍ਰਿਤਸਰ ਤੋਂ ਤਿਆਰ ਕੀਤਾ ਹੋਇਆ ਸੀ ਤਬਲੇ ਦਾ, ਵੀ ਤਬਲੇ ਉਹਦੇ ਕੋਲ ਵੀਜ਼ਾ ਸੀ, ਇਹ ਕਹਿਣ ਲੱਗੇ ਨਹੀਂ, ਉਹ ਕਹਿੰਦੇ ਤੁਸੀਂ ਉਹਨੂੰ ਛੱਡੋ ਤੁਸੀਂ ਇਕੱਲੇ ਹੀ ਆ ਜਾਓ। ਅਤੇ ਸਤਿਗੁਰੂ ਨੇ ਕਿਰਪਾ ਕੀਤੀ, ਤੁਹਾਡੀ ਸੇਵਾ ਝੋਲੀ 'ਚ ਪਈ ਹੈ, ਆਓ ਥੋੜ੍ਹੇ ਜਿਹੇ ਮਿੰਟ ਬਾਕੀ ਨੇ। ਧੰਨ ਸੁਵੇਲਾ ਜਿੱਦ ਦਰਸ਼ਨ ਕਰਨਾ, ਹਾਂ ਬਲਹਾਰੀ ਸਤਿਗੁਰ ਚਰਨਾ। ਧੰਨ ਸੁਵੇਲਾ ਜਿੱਤ ਦਰਸ਼ਨ ਕਰਨਾ, ਦਰਸ਼ਨ ਕਰਨਾ ਦਰਸ਼ਨ।
ਮਨ ਚਾਉ ਕਨੇਰਾ ਰਾਮ ਮੈਂ ਮਨ ਚਾਉ ਕਨੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਧੰਨ ਸ੍ਰੀ ਗੁਰੂ ਗ੍ਰੰਥ